हाँ जी, अस्सलाम वालेकुम। मैं हादिल जमाल, तुसीं देख रहे हो बिजली पंजाबी। लो जी, एक न्यूज़ आई है मेरी नज़र ते मैं लगा तुहाडे नाल सूबी तो शेयर करनी चाहिए है कि क्योंकि साडे लोग इत्थे यार दोस्त भैन भाई सारे जिहड़े ने बहुत परेशान ने फ्लाइट्स बंद होने की वजह नाल, इंडिया के लिए, पाकिस्तान के लिए, बंगलादेश के लिए। तो न्यूज़ आई है मेरे को, मैं तुहाडे नाल शेयर करांगा। बाद थोड़ी बहुत सर्च की थी है मैं इंडिया और पाकिस्तान के बारे, तो जो कुछ मैनू पता है मैं तुहाडे नाल शेयर करांगा, जो कुछ तुहानू पता है तुसीं कमेंट दे विच शेयर कर सकते हो। तो प्लस इस वैबसाइट का लिंक जिहड़ा मैं डिस्क्रिप्शन दे विच शेयर करांगा कि तुसीं पूरी खबर पढ़ना चाहो तो पढ़ सको। शुरू करांगे पाकिस्तान तो, नैक्सट पाज ऑफ स्पैशल फ्लाइट्स स्टार्ट टूडे। नैक्सट स्टैप जिहड़ा है स्पैशल फ्लाइट्स का, वह स्टार्ट हो गया अज तो, यानी कि पाकिस्तान दे विचों स्पैशल फ्लाइट्स जिहड़ियां ने वह स्टार्ट हो गई ने। स्पैशल फ्लाइट्स जिहड़े पाकिस्तानी मुल्क तो बाहर रहिंदे ने उन्हां दे लई होणगीआं कि उन्हां नूं वापस लियाया जा सके। लेकिन ये इतना आसान नहीं होगा कि तुसीं इत्थों टिकट लई, टिकट लै के घर उधर लथे ते उत्थों लै के तुसीं घर चले गए। नहीं, इहदे विच कुरंतेन दा कॉन्सैप्ट है, तुहानूं 14 दिन कुरंतेन विच रहना पवेगा। मान लो जे तुसीं 14 दिन कुरंतेन विच नहीं रहिंदे, ਤੁਸੀਂ ਬਚ ਪਚਾ ਕੇ ਚੁੱਪ ਛੁਪਾ ਕੇ, ਮੰਨ ਲਓ ਜੇ ਤੁਸੀਂ ਘਰ ਚਲੇ ਜਾਂਦੇ ਹੋ, ਉਹਦੇ ਉੱਤੇ ਵੀ ਐਕਸ਼ਨ ਲਿਆ ਜਾ ਸਕਦਾ। ਉਹਦੇ ਉੱਤੇ ਤੁਹਾਡੇ ਘਰ ਜਾ ਕੇ ਤੁਹਾਨੂੰ ਉੱਥੋਂ ਲੈਣਗੇ, ਲੈ ਕੇ ਤਾਂ ਕੁਰੰਤੇਨਾ ਲਈ ਲੈ ਜਾਣਗੇ ਤੁਹਾਨੂੰ, ਜੇ ਕੋਈ ਬੰਦਾ ਬਾਹਰੋਂ ਜਾਂਦਾ। ਤਾਂ ਫਿਲਹਾਲ ਜਿਹੜੀ ਰੂਟੀਨ ਚੱਲ ਰਹੀ ਉਹ ਅੱਜ ਕੱਲ੍ਹ ਦੀ ਇਹ ਹੈ। ਅਤੇ ਫਿਰ ਤੁਹਾਡੇ ਘਰ ਦੇ ਬਾਹਰ ਇੱਕ ਮੁਮਕਿਨ ਪੇਪਰ ਵੀ ਇਸ਼ਤਿਹਾਰ ਵੀ ਲਗਾ ਦਿੱਤਾ ਜਾਏਗਾ ਕਿ ਇਹਨਾਂ ਦੇ ਘਰ ਕੋਈ ਆਵੇ ਜਾਵੇ ਨਾ, ਨਾ ਹੀ ਇਹਨਾਂ ਦੇ ਘਰ ਦਾ ਬੰਦਾ ਬਾਹਰ ਆਵੇ ਜਾਵੇ। ਜੇ ਮੁਸਲਸਲ ਨਾ ਫਰਮਾਨੀ ਹੋਈ, ਵਿਓਲੇਸ਼ਨ ਹੋਈ, ਜੇ ਇਸ ਦੀ ਕਾਨੂੰਨ ਦੀ ਖਿਲਾਫ ਵਰਜ਼ੀ ਕੀਤੀ ਤਾਂ ਬਾਹਰ ਤੁਹਾਡੇ ਘਰ ਦੇ ਪੁਲਿਸ ਵਾਲਾ ਵੀ ਖੜਾ ਕਰ ਸਕਦੇ ਨੇ। ਅਤੇ ਲਓ ਜੀ, ਖਬਰ ਨੂੰ ਅੱਗੇ ਵਧਾਉਂਦੇ ਹਾਂ। ਅਤੇ ਕਹਿੰਦੇ ਨੇ ਵੀ 9 ਫਲਾਈਟਸ ਵਿਜ ਬਰਿੰਗ 2000 ਪੀਪਲਸ। 9 ਫਲਾਈਟਾਂ ਜਿਹੜੀਆਂ ਨੇ ਸਪੈਸ਼ਲ ਫਲਾਈਟਸ ਜਿਹੜੀਆਂ ਨੇ ਇਹ 2000 ਬੰਦੇ ਲੈ ਕੇ ਆਉਣਗੀਆਂ। ਫਲਾਈਟਸ ਇਨ ਨੈਕਸਟ ਫਾਜ ਵਿਲ ਅਰਾਈਵ ਇਨ ਲਾਹੌਰ। ਅਗਲੇ ਸਟੈਪ ਵਿੱਚ ਜਿਹੜੀਆਂ ਫਲਾਈਟਸ ਨੇ ਇਹ ਲਾਹੌਰ ਆਉਣਗੀਆਂ, ਕਰਾਚੀ ਆਉਣਗੀਆਂ, ਮੁਲਤਾਨ ਆਉਣਗੀਆਂ, ਪਿਸ਼ਾਵਰ ਆਉਣਗੀਆਂ, ਫੈਸਲਾਬਾਦ ਆਉਣਗੀਆਂ। ਇਹ ਉਸ ਜਿਹੜੇ ਏਅਰਪੋਰਟ ਨੇ ਜਿੱਥੇ ਜਿੱਥੇ ਫਲਾਈਟਸ ਲੈ ਸਕਦੀਆਂ ਨੇ ਜਾਂ ਲਾਉਣਗੀਆਂ, ਠੀਕ ਹੈ। ਅਤੇ ਇਸ ਕਰਕੇ ਤੱਕ ਸੁਣ ਕੇ ਇਤਿਹਾਸ ਕਰਕੇ ਦੂਜਾ ਚੀਜ਼, ਇਹਨਾਂ ਫਲਾਈਟਸ ਦੇ ਜੇ ਕਿਉਂਕਿ ਹਾਲ ਦੀ ਘੜੀ ਨੋਰਮਲੀ ਪ੍ਰਾਈਸ ਜੋ ਨਾ ਬਹੁਤ ਜ਼ਿਆਦਾ ਹਾਈ ਨੇ, ਲੇਕਿਨ ਜਿਹੜੀਆਂ ਸਪੈਸ਼ਲ ਫਲਾਈਟਸ ਪਾਕਿਸਤਾਨੀ ਗੌਰਮੈਂਟ ਨੇ ਸਟਾਰਟ ਕੀਤੀਆਂ ਨੇ, ਇਹਨਾਂ ਦੀ ਪ੍ਰਾਈਸਿਸ ਜਿਹੜੀਆਂ ਨੇ ਕੀਮਤਾਂ ਵੀ ਉਸ ਤਰ੍ਹਾਂ ਦੀਆਂ ਜ਼ਿਆਦਾ ਹਾਈ ਨਹੀਂ ਹੋਣ ਲੱਗੀਆਂ। ਪ੍ਰਾਈਸ ਜਿਹੜੀ ਕੀਮਤ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮੇਨਟੇਨ ਰਹੇ, ਇੱਕ ਜਾਇਜ਼ ਕੀਮਤ ਰਹੇ। ਅਤੇ ਜਿਹੜੇ ਬੰਦੇ ਨੇ ਵੀ ਜਾਣਾ, ਜੇ ਕੋਈ ਵੀ ਬੰਦਾ, ਸਪੈਸ਼ਲ ਫਲਾਈਟਸ ਸ਼ੁਰੂ ਹੋਏ ਨੇ 8, 9 ਤਰੀਕ, 10 ਤਰੀਕ ਪਿੱਛੇ ਅਪ੍ਰੈਲ ਵੀ ਸ਼ੁਰੂ ਹੋਈਆਂ ਸੀ ਕੈਨੇਡਾ ਦੇ ਲਈ ਸਪੈਸ਼ਲ ਫਲਾਈਟਸ ਇੰਡੀਆ ਦੀਆਂ। ਜਿਸ ਬੰਦੇ ਨੇ ਵੀ ਜਾਣਾ ਉਹਨੂੰ ਇਹ ਚੀਜ਼ ਜ਼ਹਿਨ ਵਿੱਚ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਕੁਰੰਤੇਨਾ ਦੇ ਵਿੱਚ ਸਪੈਸ਼ਲ ਕੈਂਪਸ ਵਗੈਰਾ ਬਣੇ ਹੋਣਗੇ ਗੌਰਮੈਂਟ ਦੀ ਤਰਫੋਂ, ਜਿਹਦੇ ਵਿੱਚ ਤੁਹਾਨੂੰ 14 ਦਿਨ ਰਹਿਣਾ ਪੈ ਸਕਦਾ। ਅਤੇ 14 ਦਿਨ ਉੱਥੇ ਤੁਸੀਂ ਰਹਿ ਕੇ ਉੱਥੇ ਟਾਈਮ ਗੁਜ਼ਾਰ ਕੇ ਜਾਓ ਤਾਂ ਜ਼ਿਆਦਾ ਵਧੀਆ, ਨਾ ਕਿ ਤੁਸੀਂ ਸਿੱਧੇ ਜੇ ਘਰ ਜਾਂਦੇ ਹੋ, ਕਿਉਂਕਿ ਤੁਸੀਂ ਤੁਹਾਨੂੰ ਚਾਹੀਦਾ ਤੁਸੀਂ ਵੀ ਜੇ ਜਿਵੇਂ ਗੌਰਮੈਂਟ ਕਹਿੰਦੀ ਹੈ ਤੁਸੀਂ ਵੀ ਉਵੇਂ ਨਾਲ ਉਹਨਾਂ ਦੀ ਹੈਲਪ ਕਰੋ, ਔਰ ਜਿਵੇਂ ਉਹ ਕਹਿੰਦੇ ਉਹਨਾਂ ਦੀ ਗੱਲ ਮੰਨੋ। ਜੇ ਤੁਸੀਂ ਘਰ ਚਲੇ ਜਾਂਦੇ ਹੋ ਫਿਰ ਮੁਮਕਿਨ ਹੈ ਤੁਹਾਡੇ ਘਰ ਵਾਲਿਆਂ ਦੇ ਵੀ ਟੈਸਟ ਲਵਾਉਣਗੇ, ਪਲੱਸ ਜੇ ਕਰੋਨਾ ਦਾ ਤੰਪੋ ਨੇ ਵਗੈਰਾ ਦਾ ਟੈਸਟ ਲੈਂਦੇ ਨੇ ਸਾਡੀਆਂ ਕੰਟਰੀਆਂ ਵਿੱਚ, ਤਾਂ ਉੱਥੇ ਖਰਚਾ ਵੀ ਢੇਰ ਸਾਰਾ ਹੈ। ਇਸ ਕਰਕੇ ਆਪਣੇ ਆਪ ਨੂੰ, ਆਪਣੇ ਘਰਦਿਆਂ ਨੂੰ ਅਜ਼ੀਅਤ ਤੋਂ ਬਚਾਉਣ ਲਈ ਕੋਸ਼ਿਸ਼ ਕਰੋ ਕਿ ਜਿਵੇਂ ਗੌਰਮੈਂਟ ਦੇ ਕਾਨੂੰਨ ਹਨ ਉਹਦੇ ਤਹਿਤ ਜਾਣ ਦੀ, ਆਰਾਮ ਨਾਲ ਜਾਓ ਔਰ ਆਰਾਮ ਨਾਲ ਵਾਪਸ ਆਓ। ਔਰ ਉਹਦੇ ਇਲਾਵਾ ਹਾਲ ਦੀ ਘੜੀ ਜਿਹੜੀ ਹੈ ਗੌਰਮੈਂਟ ਆਫ ਇੰਡੀਆ ਨੇ ਬੈਨ ਕੀਤੀਆਂ ਹੋਈਆਂ ਫਲਾਈਟਸ ਯੂਰਪੀਅਨ ਯੂਨੀਅਨ ਦੇ ਲਈ। ਅਤੇ ਯੂਰਪੀਅਨ ਯੂਨੀਅਨ ਦੇ ਲਈ ਫਿਲਹਾਲ ਕੋਈ ਖਬਰ ਨਹੀਂ ਹੈ ਕਿ ਇੰਡੀਅਨ ਗੌਰਮੈਂਟ ਕਦ ਫਲਾਈਟਸ ਓਪਰੇਸ਼ਨ ਜਿਹੜਾ ਸਪੈਸ਼ਲ ਫਲਾਈਟਸ ਜਾਂ ਫਿਰ ਇੰਡੀਅਨ ਜੇ ਜਿਹੜੇ ਵਾਪਸ ਆਪਣੀ ਕੰਟਰੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਲੈਣ ਲਈ, ਲਿਜਾਉਣ ਲਈ, ਲਿਆਉਣ ਲਈ ਕਦ ਸਟਾਰਟ ਕਰਨਗੇ, ਇਹਦੇ ਬਾਰੇ ਕੋਈ ਇੰਡੀਕੇਸ਼ਨ ਨਹੀਂ ਫਿਲਹਾਲ। ਜਦ ਵੀ ਕੋਈ ਇੰਡੀਕੇਸ਼ਨ ਆਵੇਗੀ ਮੈਂ ਜ਼ਰੂਰ ਸ਼ੇਅਰ ਕਰਾਂਗਾ। ਫਿਲਹਾਲ ਪਾਕਿਸਤਾਨੀਆਂ ਲਈ ਖੁਸ਼ਖਬਰੀ ਹੈ ਕਿ ਸਪੈਸ਼ਲ ਫਲਾਈਟਸ ਓਪਰੇਸ਼ਨ ਜਿਹੜਾ ਹੈ ਸ਼ੁਰੂ ਹੋ ਗਿਆ ਅੱਜ ਦਾ। ਅਤੇ ਜੇ ਕੋਈ ਬੰਦੇ ਖੁਆਇਸ਼ ਰੱਖਦੇ ਨੇ ਵੀ ਇਹ ਟਾਈਮ ਜਿਹੜਾ, ਕਿਉਂਕਿ ਕੰਮ ਤਾਂ ਹੈ ਨਹੀਂ, ਜੇ ਇਹ ਟਾਈਮ ਪੀਰੀਅਡ ਆਪਣੇ ਮੁਲਕ ਗੁਜ਼ਾਰਨਾ ਚਾਹੁੰਦੇ ਨੇ, ਈਦ ਕਰਨਾ ਚਾਹੁੰਦੇ ਨੇ, ਤਾਂ ਉਹ ਆਪਣਾ ਆਪਣੀ ਤਿਆਰੀ ਕਰ ਸਕਦੇ ਨੇ। ਅਤੇ ਲਓ ਜੀ, ਇਹ ਸੀ
ਹੁਣ ਤੱਕ ਦੀ ਵੀਡੀਓ, ਉਮੀਦ ਹੈ ਹੈਲਪਫੁਲ ਹੋਵੇਗੀ, ਅਤੇ ਮਿਲਾਂਗੇ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਫੀ ਅਮਾਨ ਅੱਲਾਹ।